ਸਤਿ ਸ਼੍ਰੀ ਅਕਾਲ, ਸਾਂਝਾ ਟੀਵੀ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਅਰਸ਼ਦੀਪ ਲੈ ਕੇ ਹਾਜ਼ਰ। ਅੱਜ ਦੀਆਂ ਮੁੱਖ ਖਬਰਾਂ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਤੋਂ। ਜੂਨ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਪੀਸੀ ਪਾਰਟੀ ਨੇ ਨਵੀਂ ਕੈਂਪੇਨ ਦੀ ਕੀਤੀ ਸ਼ੁਰੂਆਤ। ਓਨਟੇਰੀਓ ਵਿੱਚ ਬਰਫੀਲੇ ਤੂਫਾਨ ਕਾਰਨ ਹੋਏ ਕਈ ਸਕੂਲ ਬੰਦ, ਲੋਕ ਪਰੇਸ਼ਾਨ। ਕੌਮੇ ਮੁਤਾਬਿਕ ਹੋ ਸਕਦਾ ਕਿ ਰੂਸ ਤੇ ਟਰੰਪ ਵਿਚਾਲੇ ਸਮਝੌਤਾ ਹੋਇਆ ਹੋਵੇ। ਅਮਰੀਕਾ ਨੇ ਨਵੀਆਂ ਪਾਬੰਦੀਆਂ ਲਾਈਆਂ ਤਾਂ ਰੂਸ ਕਰੇਗਾ ਜਵਾਬੀ ਕਾਰਵਾਈ। ਸੀਰੀਆ ਹਮਲਾ ਮਾਮਲਾ ਤੁਰਕੀ ਕਿਸੇ ਵੀ ਪੱਖ ਵਿੱਚ ਨਹੀਂ ਹੋਣ ਦਾ ਦਿੱਤਾ ਬਿਆਨ। ਕਾਮਨਵੈਲਥ ਖੇਡਾਂ 2018 ਵਿੱਚ ਪੰਜਾਬ ਦੇ ਮੁਕਾਬਲੇ ਹਰਿਆਣਾ ਦੇ ਖਿਡਾਰੀਆਂ ਦਾ ਰਿਹਾ ਬਿਹਤਰੀਨ ਪ੍ਰਦਰਸ਼ਨ। ਤੇ ਹੁਣ ਰੁੱਖ ਕਰਦੇ ਹਾਂ ਮੁੱਖ ਖਬਰਾਂ ਵੱਲ। ਪੀਸੀ ਆਗੂ ਡੱਗ ਫੋਰਡ ਨੇ ਆਖਿਆ ਕਿ ਨਾ ਸਿਰਫ ਸਾਡੇ ਲਈ ਸਗੋਂ ਸਾਡੀ ਟੀਮ ਲਈ, ਓਨਟੇਰੀਓ ਵਿੱਚ ਹਰ ਕਿਸੇ ਲਈ ਇਹ ਚੰਗਾ ਦਿਨ ਹੈ, ਕਿਉਂਕਿ ਅਸੀਂ ਅੱਜ ਨਵੀਂ ਪਾਰਟੀ ਦੀ ਕੈਂਪੇਨ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅਸੀਂ ਆਪਣੀ ਕੈਂਪੇਨ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਅਤੇ ਓਨਟੇਰੀਓ ਦੇ ਲੋਕ ਅਸਲ ਤਬਦੀਲੀ ਲਈ ਪੂਰੀ ਤਰ੍ਹਾਂ ਤਿਆਰ ਨੇ। ਉਹ ਅਜਿਹੀ ਸਰਕਾਰ ਲਿਆਉਣੀ ਚਾਹੁੰਦੇ ਨੇ ਜਿਹੜੀ ਲੋਕਾਂ ਲਈ ਹੋਵੇ। ਰਲ ਕੇ ਅਸੀਂ ਇਹੋ ਕੁਝ ਓਨਟੇਰੀਓ ਦੇ ਲੋਕਾਂ ਨੂੰ ਦੇਣਾ ਚਾਹੁੰਦੇ ਹਾਂ। ਫੋਰਡ ਨੇ ਆਖਿਆ ਕਿ ਓਨਟੇਰੀਓ ਨੂੰ ਦਰਪੇਸ਼ ਸਮੱਸਿਆ ਦਾ ਬਹੁਤ ਹੀ ਸਧਾਰਨ ਹੈ ਅਤੇ ਤੁਸੀਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਖ਼ਤ ਮਿਹਨਤ ਕਰ ਰਹੇ ਹੋ। ਇਸ ਦੇ ਨਾਲ ਹੀ ਤੁਸੀਂ ਪਹਿਲਾਂ ਨਾਲੋਂ ਕਿਤੇ ਵੱਧ ਟੈਕਸ ਵੀ ਅਦਾ ਕਰ ਰਹੇ ਹੋ, ਪਰ ਫਿਰ ਵੀ ਕੈਥਲਿਨ ਵਿਨ ਅਤੇ ਉਹਨਾਂ ਦੀ ਲਿਬਰਲ ਸਰਕਾਰ ਤੁਹਾਡੇ ਵੱਲੋਂ ਸਖ਼ਤ ਮਿਹਨਤ ਨਾਲ ਕੀਤੀ ਕਮਾਈ ਨੂੰ ਬਰਬਾਦ ਕਰ ਰਹੀ ਹੈ। ਉਹ ਤੁਹਾਡੇ ਪੈਸੇ ਅਤੇ ਅਮੀਰਾਂ ਅਤੇ ਆਪਣੇ ਚਹੇਤਿਆਂ ਵੱਲੋਂ ਕੀਤੇ ਕਪੜਿਆਂ ਅਤੇ ਗਲਤ ਸਕੀਮਾਂ ਉੱਤੇ ਖਰਚ ਕਰ ਰਹੀ ਹੈ। ਫੋਰਡ ਨੇ ਇਹ ਵੀ ਕਿਹਾ ਕਿ ਉਹ ਕੈਥਲਿਨ ਵਿਨ ਨਾਲ ਬਹਿਸ ਕਰਨ ਲਈ ਤਿਆਰ ਨੇ ਅਤੇ ਉਹਨਾਂ ਆਖਿਆ ਕਿ ਉਹ ਉਹਨਾਂ ਨੂੰ ਜਵਾਬਦੇਹ ਬਣਾਉਣਗੇ। ਇਸ ਦੇ ਨਾਲ ਹੀ ਉਹ ਆਪਣੀ ਸਰਕਾਰ ਦੇ ਰੈਕਰਡ ਲਈ ਵੀ ਜਵਾਬ ਦੇਣਾ ਹੋਵੇਗਾ ਅਤੇ ਕੈਥਲਿਨ ਵਿਨ ਦੁਆਰਾ ਚੁਣੇ ਜਾਣ 'ਤੇ ਕੁਝ ਵੀ ਆਖ ਕੇ ਕਰ ਸਕਦੀ ਹੈ। ਉਹ ਤੁਹਾਡੇ ਹੀ ਪੈਸੇ ਨੂੰ ਤੁਹਾਡੀ ਵੋਟ ਖਰੀਦਣ ਲਈ ਵਰਤ ਸਕਦੀ ਹੈ, ਪਰ ਲੋਕ ਵੀ ਹੁਣ ਉਸ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਅਤੇ ਉਹ ਕਿਸੇ ਨੂੰ ਆਸਾਨੀ ਨਾਲ ਮੂਰਖ ਨਹੀਂ ਬਣਾ ਸਕਦੀ। ਅੱਜ ਅਸੀਂ ਕੈਂਪੇਨ ਦੀ ਸ਼ੁਰੂਆਤ ਕੀਤੀ ਅਤੇ ਕੈਥਲਿਨ ਵਿਨ ਟੈਕਸਦਾਤਾਵਾਂ ਦੇ ਪੈਸੇ ਦੇ ਦਮ 'ਤੇ ਕੈਂਪੇਨ ਕਰ ਰਹੀ ਹੈ। ਉਹ ਅਜਿਹੇ ਚੈੱਕਾਂ 'ਤੇ ਦਸਤਖਤ ਵੀ ਕਰ ਰਹੀ ਹੈ ਜਿਸ ਨੂੰ ਬਾਊਂਸ ਹੋਣਾ ਤੈਅ ਹੈ, ਪਰ ਘਬਰਾਓ ਨਾ, ਤੁਹਾਡੇ ਲਈ ਮਦਦ ਆ ਰਹੀ ਹੈ। ਅਤੇ 8 ਜੀ ਨੂੰ ਟੈਕਸਦਾਤਾਵਾਂ ਦੇ ਪੈਸੇ 'ਤੇ ਸਿਰ 'ਤੇ ਫੜਾ ਮਾਰਨ ਵਾਲੀ ਪਾਰਟੀ ਉੱਤੇ ਕਿਤੇ ਵੀ ਨਜ਼ਰ ਨਹੀਂ ਆਵੇਗੀ ਅਤੇ ਅਸੀਂ ਉਹਨਾਂ ਵੱਲੋਂ ਭਾਈ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟ ਅਤੇ ਸਮਾਂ ਵਿਆਹ ਚੁੱਕੀ ਲਿਬਰਲ ਸਰਕਾਰ ਦੀ ਇਸ ਕਾਰਜਗੁਜ਼ਾਰੀ ਨੂੰ ਹੂੰਝ ਦੇਵਾਂਗੇ। ਅਤੇ ਫੋਰਡ ਨੇ ਕਿਹਾ ਕਿ ਉਹ ਪ੍ਰੋਵਿੰਸ ਦੇ ਹਰੇਕ ਖੁੰਜੇ ਵਿੱਚ ਜਾ ਕੇ ਆਏ ਨੇ ਅਤੇ ਉਹ ਇਹੋ ਸੁਣਨ ਨੂੰ ਮਿਲਿਆ ਕਿ ਲੋਕ ਵਿਨ ਸਰਕਾਰ ਤੋਂ ਅੱਕ ਚੁੱਕੇ ਨੇ। ਤੁਸੀਂ ਸਾਰੀ ਤਬਦੀਲੀ ਲਈ ਤਿਆਰ ਹੋ, ਅਸੀਂ ਇਹੋ ਤਬਦੀਲੀ ਲਿਆਵਾਂਗੇ ਅਤੇ ਅਸੀਂ ਸੂਬੇ ਨੂੰ ਖੁਸ਼ਹਾਲ ਬਣਾਵਾਂਗੇ, ਸਾਰਿਆਂ ਲਈ ਨਵੇਂ ਮੌਕੇ ਮੁਹੱਈਆ ਕਰਾਵਾਂਗੇ। ਅਤੇ ਫੋਰਡ ਨੇ ਅੱਗੇ ਇਹ ਵੀ ਕਿਹਾ ਕਿ ਜੇ ਉਹ ਕਿਸੇ ਵੀ ਤਰ੍ਹਾਂ ਹੋਮ ਟਾਊਨ ਵਿੱਚ ਅਜੇ ਤੱਕ ਗੇੜਾ ਨਹੀਂ ਮਾਰ ਸਕੇ ਤਾਂ ਉਹ ਉਸ ਉੱਤੇ ਕੰਮ ਕਰ ਰਹੇ ਨੇ। ਉਹ ਇੱਕ ਬੱਸ ਨੂੰ ਓਨਟੇਰੀਓ ਦੇ ਹਰ ਕੋਨੇ ਵਿੱਚ ਲਿਜਾਣਗੇ ਅਤੇ ਤੁਹਾਡੇ ਦਿਲ ਦੀ ਗੱਲ ਨੇੜੇ ਹੋ ਕੇ ਸੁਣਨਗੇ। ਉਹਨਾਂ ਇਹ ਵੀ ਆਖਿਆ ਕਿ ਉਹ ਹਰੇਕ ਆਦਮੀ ਦੀ ਜ਼ਿੰਦਗੀ ਸੁਖਾਲੀ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ। ਅਤੇ ਓਨਟੇਰੀਓ ਵਿੱਚ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ। ਬਰਫੀਲੇ ਤੂਫਾਨ ਦੇ ਨਾਲ ਨਾਲ ਤੇਜ਼ ਮੀਂਹ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਤੂਫਾਨ ਕਾਰਨ ਓਨਟੇਰੀਓ ਦੇ ਸ਼ਹਿਰ ਟੋਰਾਂਟੋ ਵਿੱਚ ਸੋਮਵਾਰ ਨੂੰ ਕਈ ਸਕੂਲਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਨੇ ਅਤੇ ਸਕੂਲ ਬੱਸਾਂ ਨੂੰ ਕੈਂਸਲ ਕਰ ਦਿੱਤਾ ਗਿਆ। ਅਜਿਹਾ ਸੜਕਾਂ ਦੀ ਮਾੜੀ ਹਾਲਤ ਨੂੰ ਦੇਖਦਿਆਂ ਕੀਤਾ ਗਿਆ, ਕਿਉਂਕਿ ਮੀਂਹ ਅਤੇ ਬਰਫੀਲੇ ਤੂਫਾਨ ਕਾਰਨ ਸੜਕਾਂ 'ਤੇ ਫਿਸਲਣ ਜ਼ਿਆਦਾ ਵੱਧ ਗਈ ਹੈ। ਅਤੇ ਪੀਲ ਜ਼ਿਲ੍ਹਾ ਸਕੂਲ ਬੋਰਡ ਨੇ ਕਿਹਾ ਕਿ ਸਾਰੇ ਸਕੂਲਾਂ ਨੂੰ ਬੰਦ ਰੱਖਣ ਅਤੇ ਸਕੂਲੀ ਬੱਸ ਸੇਵਾ ਨੂੰ ਕੈਂਸਲ ਕਰਨ ਦਾ ਹੁਕਮ ਦਿੱਤਾ ਗਿਆ। ਅਤੇ ਇਸ ਤੋਂ ਇਲਾਵਾ ਟੋਰਾਂਟੋ ਜ਼ਿਲ੍ਹਾ ਯੋਰਕ ਖੇਤਰੀ ਜ਼ਿਲ੍ਹਾ ਸਕੂਲ ਬੋਰਡ ਵੱਲੋਂ ਸਕੂਲਾਂ ਨੂੰ ਖੁੱਲ੍ਹੇ ਰਹਿਣ ਅਤੇ ਬੱਸਾਂ ਨੂੰ ਕੈਂਸਲ ਕਰਨ ਦੇ ਹੁਕਮ ਦਿੱਤੇ ਗਏ ਨੇ। ਦੱਸਣਯੋਗ ਹੈ ਕਿ ਓਨਟੇਰੀਓ ਵਿੱਚ ਕੱਲ੍ਹ ਸ਼ਾਮ ਨੂੰ ਬਰਫੀਲੇ ਤੂਫਾਨ ਨਾਲ ਭਾਰੀ ਮੀਂਹ ਵੀ ਪਿਆ, ਜਿਸ ਕਾਰਨ ਬਿਜਲੀ ਠੱਪ ਹੋ ਗਈ ਅਤੇ ਸੜਕਾਂ 'ਤੇ ਵਾਹਨ ਚਲਾਉਣ ਵਾਲਿਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਅਤੇ ਉੱਧਰ ਵਾਤਾਵਰਨ ਕੈਨੇਡਾ ਨੇ ਟੋਰਾਂਟੋ ਸ਼ਹਿਰ ਵਿੱਚ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਅਤੇ ਮੌਸਮ ਵਿਭਾਗ ਮੁਤਾਬਿਕ ਭਾਰੀ ਮੀਂਹ ਹੋਰ ਵੀ ਪੈ ਸਕਦਾ। ਬਹੁਤ ਹੱਦ ਤੱਕ ਇਹ ਸੰਭਾਵਨਾ ਹੈ ਕਿ ਰੂਸ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਮਝੌਤਾ ਕਰ ਲਿਆ ਹੋਵੇ। ਇੱਕ ਇੰਟਰਵਿਊ ਵਿੱਚ ਆਏ ਕੌਮੇ ਦੇ ਇਸ ਬਿਆਨ ਨਾਲ ਰਾਸ਼ਟਰਪਤੀ ਨਾਲ ਉਹਨਾਂ ਦੀ ਸ਼ਬਦੀ ਜੰਗ ਤੇਜ਼ ਹੋਣ ਦਾ ਮੁੱਢ ਬੱਜ ਗਿਆ। ਇਸ ਦੇ ਨਾਲ ਹੀ ਦੋਵਾਂ ਦੇ ਰਿਸ਼ਤਿਆਂ ਵਿੱਚ ਹੋਰ ਦੂਰੀ ਆ ਸਕਦੀ ਹੈ। ਇੰਟਰਵਿਊ ਨਸਰ ਹੋਣ ਤੋਂ ਕਈ ਘੰਟੇ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਟਵਿੱਟਰ ਉੱਤੇ ਆਪਣੀ ਭੜਾਸ ਕਰਦੇ ਆਖਿਆ ਕਿ ਕੌਮੇ ਨੂੰ ਤਾਂ ਜੇਲ੍ਹ ਵਿੱਚ ਡੱਕ ਦੇਣਾ ਚਾਹੀਦਾ ਅਤੇ ਟਰੰਪ ਨੇ ਉਸ ਨੂੰ ਹੁਣ ਤੱਕ ਦੇ ਇਤਿਹਾਸ ਦਾ ਸਭ ਤੋਂ ਘਟੀਆ FBI ਡਾਇਰੈਕਟਰ ਕਰਾਰ ਦਿੱਤਾ। ਇੱਥੇ ਇਹ ਦੱਸਣਾ ਬਣਦਾ ਹੈ ਕਿ ਟਰੰਪ ਪਿਛਲੇ ਸਾਲ ਕੌਮੇ ਨੂੰ ਕੱਢ ਚੁੱਕੇ
ਨੇ ਤੇ ਕੌਮੇ ਵੱਲੋਂ ਟੀਵੀ ਉੱਤੇ ਦਿੱਤੀ ਇੰਟਰਵਿਊ ਵਿੱਚ ਜੋ ਕਿ ਉਸਦੀ ਆਉਣ ਵਾਲੀ ਕਿਤਾਬ ਦੇ ਸਿਲਸਿਲੇ ਵਿੱਚ ਰੱਖੀ ਗਈ ਸੀ ਦੱਸਿਆ ਗਿਆ ਕਿ ਉਸਨੂੰ ਕੱਢਣ ਪਿੱਛੋਂ ਕਿਹੋ ਜਿਹੇ ਹਾਲਾਤ ਨੇ ਕੰਮ ਕੀਤਾ ਅਤੇ ਰੂਸ ਦੀ ਚੋਣਾਂ ਵਿੱਚ ਦਖਲਅੰਦਾਜ਼ੀ ਅਤੇ ਹਿਲੇਰੀ ਕਲਿੰਟਨ ਦੀਆਂ ਈਮੇਲਸ ਸੰਬੰਧੀ ਜਾਂਚ ਨੇ ਵੀ ਆਪਣੀ ਭੂਮਿਕਾ ਨਿਭਾਈ ਹੈ। ਕੌਮੇ ਨੇ ਕਈ ਤਰ੍ਹਾਂ ਦੇ ਵੇਰਵੇ ਤਫਸੀਲ ਨਾਲ ਸਮਝਾਏ ਅਤੇ ਇਸ ਵਿੱਚ ਸਾਬਕਾ ਵਾਈਟ ਹਾਊਸ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਿਸੇਲ ਫਿਲਨ ਨੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਆਖਿਆ ਕਿ ਇਹ ਸਾਰੀਆਂ ਗੱਲਾਂ ਸਪੈਸ਼ਲ ਕਾਊਂਸਲ ਰਾਬਰਟ ਮੂਲਰ ਦੀ ਜਾਂਚ ਦਾ ਖਾਸ ਹਿੱਸਾ ਨੇ ਅਤੇ ਉਹਨਾਂ ਨੇ ਬਿਆਨ ਦਿੱਤਾ ਕਿ ਉਹ ਕਈ ਤਰ੍ਹਾਂ ਨਾਲ ਫਾਇਦੇਮੰਦ ਹੋ ਸਕਦਾ ਜਿਹੜੇ ਇਹ ਜਾਂਚ ਕਰ ਰਹੇ ਨੇ ਅਤੇ ਰਾਸ਼ਟਰਪਤੀ ਦੀਆਂ ਗਤੀਵਿਧੀਆਂ ਨਿਆਂ ਦੇ ਰਾਹ 'ਤੇ ਅੜਿੱਕਾ ਲਾ ਰਹੇ ਨੇ ਅਤੇ ਜ਼ਿਕਰਯੋਗ ਹੈ ਕਿ FBI ਦੇ ਡਾਇਰੈਕਟਰ ਜਿਹੜੇ ਪਿਛਲੇ ਸਾਲ ਮਈ ਵਿੱਚ ਕੱਢੇ ਜਾਣ ਤੋਂ ਪਹਿਲਾਂ ਰੂਸ ਅਤੇ ਟਰੰਪ ਦੀ ਚੋਣ ਮੁਹਿੰਮ ਦਰਮਿਆਨ ਸੰਭਾਵੀ ਸੰਬੰਧਾਂ ਦੀ ਜਾਂਚ ਕਰ ਰਹੇ ਸਨ ਨੇ ਮੰਨਿਆ ਕਿ ਇਹ ਸਵੀਕਾਰ ਕਰਨਾ ਕਿ ਕਿੰਨਾ ਹੈਰਤ ਅੰਗੇਜ ਲੱਗਦਾ ਕਿ ਰੂਸ ਨੇ ਅਮਰੀਕੀ ਰਾਸ਼ਟਰਪਤੀ ਸੰਬੰਧੀ ਜਾਣਕਾਰੀ ਨੂੰ ਨੁਕਸਾਨ ਪਹੁੰਚਾਇਆ ਹੋ ਸਕਦਾ। ਅਤੇ ਉੱਧਰ ਸੀਰੀਆ 'ਤੇ ਹੋਏ ਕੈਮੀਕਲ ਹਮਲੇ ਤੋਂ ਬਾਅਦ ਰੂਸ ਅਤੇ ਅਮੈਰੀਕਾ ਵੱਲੋਂ ਲਾਈਆਂ ਜਾ ਰਹੀਆਂ ਪਾਬੰਦੀਆਂ ਨੂੰ ਯੂਰਪੀ ਸੰਘ ਦੇ ਵਿਦੇਸ਼ ਮੰਤਰੀ ਵੱਲੋਂ ਸਮਰਥਨ ਦੀ ਸੰਭਾਵਨਾ ਨਹੀਂ ਹੈ ਅਤੇ ਇਸ ਤੋਂ ਪਹਿਲਾਂ ਸੰਭਾਵਨਾ ਜਤਾਈ ਗਈ ਸੀ ਕਿ ਸੀਰੀਆ ਦੇ ਕੈਮੀਕਲ ਹਮਲੇ ਨੂੰ ਲੈ ਕੇ ਅਮੈਰੀਕਾ ਉਸ ਦੇ ਸਹਿਯੋਗੀ ਦੇਸ਼ ਰੂਸ 'ਤੇ ਨਵੀਆਂ ਪਾਬੰਦੀਆਂ ਲਾ ਸਕਦਾ। ਸੰਯੁਕਤ ਰਾਸ਼ਟਰ ਵਿੱਚ ਅਮੈਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਵੀ ਕਿਹਾ ਸੀ ਕਿ ਇਹਨਾਂ ਪਾਬੰਦੀਆਂ ਦੇ ਜ਼ਰੀਏ ਉਹਨਾਂ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਜਿਨ੍ਹਾਂ ਨੇ ਸੀਰੀਆ ਦੇ ਸ਼ਾਸਨ ਨੂੰ ਇਹ ਕੈਮੀਕਲ ਹਥਿਆਰ ਮੁਹੱਈਆ ਕਰਵਾਏ ਸਨ। ਜ਼ਿਕਰਯੋਗ ਹੈ ਕਿ ਰੂਸ ਨੇ ਸੀਰੀਆ 'ਤੇ ਹਮਲੇ ਦੀ ਨਿੰਦਾ ਲਈ ਵੋਟਿੰਗ ਕਰਾਉਣ ਦੀ ਮੰਗ ਕੀਤੀ ਸੀ ਅਤੇ ਅਮੈਰੀਕੀ ਬ੍ਰਿਟੇਨ ਅਤੇ ਫਰਾਂਸ ਦੇ ਸੰਯੁਕਤ ਰੂਪ ਨਾਲ ਸੀਰੀਆ ਦੀ ਰਾਜਧਾਨੀ ਦਮਿਸ਼ਕ 'ਤੇ ਹਮਲਾ ਕੀਤਾ। ਇਸ ਹਮਲੇ ਦਾ ਮਕਸਦ ਸੀਰੀਆਈ ਕੈਮੀਕਲ ਹਥਿਆਰਾਂ ਨੂੰ ਖਤਮ ਕਰਨਾ ਸੀ ਜੋ ਇਸਦਾ ਇਸਤੇਮਾਲ ਭਵਿੱਖ ਵਿੱਚ ਨਾ ਕੀਤਾ ਜਾ ਸਕੇ। ਅਤੇ ਲੈਕਸਮਬਰਗ ਵਿੱਚ EU ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ ਪੱਛਮੀ ਦੇਸ਼ ਦੇ ਨੇਤਾਵਾਂ ਨੇ ਕੂਟਨੀਤੀ 'ਤੇ ਜ਼ੋਰ ਦੇਣ ਦੀ ਮੰਗ ਕੀਤੀ ਅਤੇ ਮੀਟਿੰਗ ਵਿੱਚ ਬ੍ਰਿਟਿਸ਼ ਮੰਤਰੀ ਬੋਰਿਸ ਜੌਨਸਨ ਨੇ ਦੱਸਿਆ ਕਿ ਮਹੱਤਵਪੂਰਨ ਇਹ ਹੈ ਕਿ ਹਮਲਿਆਂ ਦੇ ਜ਼ਰੀਏ ਸੀਰੀਆ ਵਿੱਚ ਜੰਗ ਨੂੰ ਵਧਾਉਣ ਦੀ ਬਜਾਏ ਪ੍ਰਸ਼ਾਸਨ ਨੂੰ ਬਦਲਿਆ ਜਾਵੇ। ਅਤੇ ਲੈਕਸਮਬਰਗ ਵਿੱਚ ਮੰਤਰੀਆਂ ਵੱਲੋਂ ਨਵੀਂ ਯਾਤਰਾ 'ਤੇ ਪਾਬੰਦੀਆਂ ਨੂੰ ਲੈ ਕੇ ਬਿਆਨ ਜਾਰੀ ਕੀਤਾ ਜਾਣਾ ਸੀ। ਅਤੇ ਹੁਣ ਰੂਸ ਨੇ ਇਹ ਕਿਹਾ ਕਿ ਜੇਕਰ ਅਮੈਰੀਕਾ ਨਵੀਆਂ ਪਾਬੰਦੀਆਂ ਲਾਉਂਦਾ ਤਾਂ ਉਹ ਵੀ ਜਵਾਬੀ ਕਾਰਵਾਈ ਕਰੇਗਾ। ਸੰਯੁਕਤ ਰਾਸ਼ਟਰ ਵਿੱਚ ਅਮੈਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਕਿ ਪਾਬੰਦੀਆਂ ਦੇ ਜ਼ਰੀਏ ਉਹਨਾਂ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਜਿਨ੍ਹਾਂ ਨੇ ਸੀਰੀਆ ਨੂੰ ਕੈਮੀਕਲ ਹਥਿਆਰ ਉਪਲਬਧ ਕਰਾਏ ਸਨ। ਅਤੇ ਅਮੈਰੀਕੀ ਰਾਜਦੂਤ ਨੇ ਕਿਹਾ ਕਿ ਦੁਨੀਆ ਜਲਦ ਹੀ ਰੂਸ 'ਤੇ ਨਵੀਆਂ ਪਾਬੰਦੀਆਂ ਦੇਖੇਗੀ ਅਤੇ ਕ੍ਰਿਮੀਨਲ ਨੇ ਅਮੈਰੀਕੀ ਰਾਜਦੂਤ ਦੇ ਇਸ ਬਿਆਨ ਦਾ ਜਵਾਬ ਵੀ ਦਿੱਤਾ। ਹੈਲੀ ਨੇ ਕਿਹਾ ਕਿ ਜੇਕਰ ਸੀਰੀਆ ਫਿਰ ਤੋਂ ਕੈਮੀਕਲ ਹਥਿਆਰਾਂ ਦਾ ਇਸਤੇਮਾਲ ਕਰਦੀ ਹੈ ਤਾਂ ਅਮੈਰੀਕਾ ਪ੍ਰਤੀਕਿਰਿਆ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹਨਾਂ ਦੋਸ਼ ਲਾਇਆ ਕਿ ਸੁਰੱਖਿਆ ਪ੍ਰੀਸ਼ਦ ਅਤੇ ਰੂਸ ਕੈਮੀਕਲ ਹਥਿਆਰਾਂ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਜਵਾਬਦੇਹ ਠਹਿਰਾਉਣ ਦੇ ਆਪਣੇ ਕੰਮ ਦਾ ਨਿਰਵਾਹ ਕਰਨ ਵਿੱਚ ਫੇਲ ਰਹੇ ਨੇ। ਉਹਨਾਂ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਲਕਸ਼ਮਣ ਰੇਖਾ ਖਿੱਚ ਦਿੱਤੀ ਅਤੇ ਸੀਰੀਆ 'ਤੇ ਅਮੈਰੀਕਾ ਦਬਾਅ ਬਣਾਏ ਰੱਖੇਗਾ ਅਤੇ ਅਸਦ ਸਰਕਾਰ ਨੂੰ ਅਮੈਰੀਕਾ ਕੈਮੀਕਲ ਹਥਿਆਰਾਂ ਦਾ ਇਸਤੇਮਾਲ ਨਹੀਂ ਕਰਨ ਦੇਵੇਗਾ। ਜ਼ਿਕਰਯੋਗ ਹੈ ਕਿ 14 ਅਪ੍ਰੈਲ ਨੂੰ ਅਮੈਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਮਿਲ ਕੇ ਸੀਰੀਆ ਦੀ ਰਾਜਧਾਨੀ ਦਮਿਸ਼ਕ 'ਤੇ ਕਈ ਥਾਵਾਂ 'ਤੇ ਮਿਜ਼ਾਈਲਾਂ ਦਾਗੀਆਂ ਸਨ ਅਤੇ ਸੀਰੀਆ ਵਿੱਚ ਸਖ਼ਤ ਰੂਪ ਤੋਂ ਸੀਰੀਆ ਵੱਲੋਂ ਕੈਮੀਕਲ ਹਥਿਆਰਾਂ ਨੂੰ ਇਸਤੇਮਾਲ ਨੂੰ ਲੈ ਕੇ ਅਮੈਰੀਕਾ ਨੇ ਪਹਿਲਾਂ ਹੀ ਸੀਰੀਆਈ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ। ਇਹਨਾਂ ਹਮਲਿਆਂ ਦੇ ਕਈ ਬੱਚਿਆਂ ਸਮੇਤ 70 ਲੋਕ ਮਾਰੇ ਗਏ ਸਨ ਅਤੇ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਦਾ ਸਮਰਥਨ ਕਰਨ ਲਈ ਰੂਸ ਦੀ ਦੁਨੀਆ ਭਰ ਵਿੱਚ ਨਿੰਦਾ ਹੋ ਰਹੀ ਹੈ ਅਤੇ ਰੂਸੀ ਅਧਿਕਾਰੀ ਵਲਦਮੀਰ ਯਰਮਾਕੋਵ ਨੇ ਕਿਹਾ ਕਿ ਅਮੈਰੀਕਾ ਜੇਕਰ ਕੋਈ ਵੀ ਦਬਾਅ ਬਣਾਉਂਦਾ ਤਾਂ ਰੂਸ ਉਸਦੇ ਸਖ਼ਤ ਜਵਾਬ ਦੇਵੇਗਾ। ਅਤੇ ਰੂਸੀ ਵਿਦੇਸ਼ ਮੰਤਰਾਲੇ ਦੇ ਹਥਿਆਰਾਂ ਨਾਲ ਸੰਬੰਧਿਤ ਇੱਕ ਵਿਭਾਗ ਦੇ ਡਾਇਰੈਕਟਰ ਨੇ ਅਤੇ ਉਹਨਾਂ ਕਿਹਾ ਕਿ ਬੀਤੇ 1.5 ਦਹਾਕਿਆਂ ਵਿੱਚ ਫੌਜੀ ਟੈਕਨੀਕ ਦੇ ਖੇਤਰ ਵਿੱਚ ਰੂਸ ਦੇ ਪੱਖ ਵਿੱਚ ਬਦਲਾਅ ਆਇਆ ਅਤੇ ਰੂਸ ਕੋਲ ਅਮੈਰੀਕਾ ਦੀ ਹਰ ਕਾਰਵਾਈ ਦਾ ਜਵਾਬ ਹੈ। ਅਤੇ ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਦਮੀਰ ਪੁਤਿਨ ਨੇ ਕਿਹਾ ਸੀ ਕਿ ਜੇਕਰ ਹੁਣ ਸੀਰੀਆ 'ਤੇ ਹਮਲਾ ਹੋਇਆ ਤਾਂ ਉਸ ਨਾਲ ਅਰਾਜਕਤਾ ਫੈਲ ਜਾਵੇਗੀ। ਅਤੇ ਹੁਣ ਅਮੈਰੀਕਾ ਨੇ ਇਹ ਕਿਹਾ ਕਿ ਰਾਸ਼ਟਰਪਤੀ ਟਰੰਪ ਜਿੰਨੀ ਛੇਤੀ ਹੋ ਸਕੇ ਅਮੈਰੀਕੀ ਸੈਨਿਕਾਂ ਨੂੰ ਸੀਰੀਆ ਤੋਂ ਬਾਹਰ ਕੱਢਣਾ ਚਾਹੁੰਦੇ ਨੇ। ਇਸ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਇਨਮੈਨੁਅਲ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹਨਾਂ ਨੇ ਰਾਸ਼ਟਰਪਤੀ ਟਰੰਪ ਤੋਂ ਸੀਰੀਆ ਤੋਂ ਆਪਣੇ ਸੈਨਿਕ ਨੂੰ ਵਾਪਸ ਬੁਲਾਉਣ ਲਈ ਰਾਜੀ ਕੀਤਾ ਸੀ। ਲੇਕਿਨ ਹੁਣ ਵਾਈਟ ਹਾਊਸ ਦੇ ਅਧਿਕਾਰੀ ਸੈਂਡਰਸ ਨੇ ਕਿਹਾ ਕਿ ਅਮੈਰੀਕੀ ਸੈਨਿਕਾਂ ਨੂੰ ਛੇਤੀ ਤੋਂ ਛੇਤੀ ਬਾਹਰ ਕੱਢਿਆ ਜਾਵੇਗਾ। ਉਹਨਾਂ ਨੇ ਇਹ ਵੀ ਸਾਫ਼ ਕੀਤਾ ਕਿ ਇਸ ਸੀਰੀਆ ਵਿੱਚ ਅਮੈਰੀਕੀ ਮਿਸ਼ਨ ਵਿੱਚ ਕੋਈ ਬਦਲਾਅ ਨਹੀਂ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਰਾਸ਼ਟਰਪਤੀ ਟਰੰਪ ਨੇ ਇਹ ਐਲਾਨ ਕੀਤਾ ਸੀ ਕਿ ਅਮੈਰੀਕਾ ਬਹੁਤ ਛੇਤੀ ਸੀਰੀਆ ਤੋਂ ਵਾਪਸੀ ਕਰਨ ਵਾਲਾ। ਲੇਕਿਨ ਇਸ ਦੇ ਉਲਟ ਬੀਤੇ ਸ਼ਨਿਚਰਵਾਰ ਅਮੈਰੀਕਾ ਦੇ ਬਰਤਾਨੀਆ ਅਤੇ ਫਰਾਂਸ ਦੇ ਨਾਲ ਮਿਲ ਕੇ ਸ਼ੱਕੀ ਰਸਾਇਣਿਕ ਹਮਲੇ ਦੇ ਜਵਾਬ ਵਿੱਚ ਸੀਰੀਆਈ ਸਰਕਾਰ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਫਰਾਂਸ ਦੇ ਰਾਸ਼ਟਰਪਤੀ ਦਾ ਇਹ ਵੀ ਦਾਅਵਾ ਕਿ ਉਹਨਾਂ ਨੇ ਅਮਰੀਕਾ ਨੂੰ ਇਸ ਗੱਲ ਦੇ ਲਈ ਰਾਜੀ ਕੀਤਾ ਸੀ ਕਿ ਹਾਲੀਆ ਹਮਲਿਆਂ ਨੂੰ ਕੁਝ ਹੀ ਟਿਕਾਣਿਆਂ ਤੱਕ ਸੀਮਿਤ ਰੱਖਿਆ ਜਾਵੇ। ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨਾਲ ਸੰਬੰਧ ਰੱਖਣ ਵਾਲੀ ਰੂਸ ਦੀ ਕੰਪਨੀਆਂ ਅਤੇ ਅਮਰੀਕਾ ਹੋਰ ਪਾਬੰਦੀਆਂ ਲਗਾਉਣ ਦੀ ਤਿਆਰੀ ਕਰ ਰਿਹਾ। ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਨਿੱਕੀ ਹੈਲੀ ਨੇ ਇਹ ਵੀ ਕਿਹਾ ਕਿ ਇਹਨਾਂ ਨਵੀਆਂ ਪਾਬੰਦੀਆਂ ਨੂੰ ਛੇਤੀ ਜਨਤਕ ਕੀਤਾ ਜਾਵੇਗਾ। ਨਿੱਕੀ ਹੈਲੀ ਨੇ ਉਹਨਾਂ ਖਬਰਾਂ ਤੋਂ ਇਨਕਾਰ ਕੀਤਾ ਜਿਨ੍ਹਾਂ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਰਾਸ਼ਟਰਪਤੀ ਟਰੰਪ ਦੀ ਸੀਰੀਆ ਤੋਂ ਅਮਰੀਕੀ ਸੈਨਿਕਾਂ ਨੂੰ 6 ਮਹੀਨੇ ਦੇ ਅੰਦਰ ਬੁਲਾਉਣ ਦੀ ਯੋਜਨਾ ਅਤੇ ਨਿੱਕੀ ਹੈਲੀ ਨੇ ਕਿਹਾ ਕਿ ਅਮਰੀਕੀ ਸੀਰੀਆਈ ਖੇਤਰ ਵਿੱਚ ਇਸਲਾਮਿਕ ਸਟੇਟ ਨੂੰ ਹਰਾਉਣ ਅਤੇ ਈਰਾਨ ਦੇ ਪ੍ਰਭਾਵ ਨੂੰ ਵਧਣ ਤੋਂ ਰੋਕਣ ਦੇ ਲਈ ਦ੍ਰਿੜ ਨੇ। ਅਤੇ ਅਮਰੀਕਾ ਦੇ ਦੱਖਣੀ ਕੈਰੋਲਾਈਨਾ ਵਿੱਚ ਸਖ਼ਤ ਸੁਰੱਖਿਆ ਵਾਲੀ ਜੇਲ੍ਹ ਦੇ ਅੰਦਰ ਕੈਦੀਆਂ ਦੇ ਵਿਚਕਾਰ ਲੜਾਈ ਵਿੱਚ 7 ਕੈਦੀਆਂ ਦੀ ਮੌਤ ਹੋ ਗਈ ਹੈ ਅਤੇ ਘੱਟੋ ਘੱਟ 17 ਹੋਰ ਕੈਦੀ ਜ਼ਖਮੀ ਹੋ ਗਏ ਨੇ। ਜੇਲ੍ਹ ਦੇ ਬੁਲਾਰੇ ਜੈਫ ਟੈਲਨ ਨੇ ਕਿ ਦੱਸਿਆ ਕਿ ਸ਼ਾਮ ਰਾਤ 7 ਵਜੇ ਦੇ ਕਰੀਬ ਕੈਦੀਆਂ ਵਿੱਚ ਕਾਰ ਲਟਕਾਈ ਹੋਈ ਸੀ ਅਤੇ ਪਰ ਇਸ ਵਿੱਚ ਕੋਈ ਵੀ ਅਧਿਕਾਰੀ ਜ਼ਖਮੀ ਨਹੀਂ ਹੋਇਆ। ਉਹਨਾਂ ਕਿਹਾ ਕਿ 17 ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਅਤੇ ਦੱਖਣੀ ਕੈਰੋਲਾਈਨਾ ਸੁਧਾਰ ਗ੍ਰਹਿ ਵਿਭਾਗ ਨੇ ਟਵੀਟ ਕੀਤਾ ਕਿ 3 ਇਮਾਰਤਾਂ ਵਿੱਚ ਵੱਖ ਵੱਖ ਕੈਦੀਆਂ ਦੇ ਵਿਚਾਲੇ ਝੜਪ ਹੋਈ ਹੈ ਅਤੇ ਲੀ ਕਾਊਂਟੀ ਫਾਇਰ ਬ੍ਰਿਗੇਡ ਵਿਭਾਗ ਨੇ ਦੱਸਿਆ ਕਿ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਭੇਜਿਆ ਗਿਆ ਅਤੇ ਦੱਖਣੀ ਕੈਰੋਲਾਈਨਾ ਦੀ ਇੱਕ ਜੇਲ੍ਹ ਵਿੱਚ ਕਰੀਬ 1500 ਕੈਦੀ ਨੇ ਅਤੇ ਲੰਬੀ ਸਜ਼ਾ ਦਾ ਸਾਹਮਣਾ ਕਰਨ ਵਾਲੇ ਕੈਦੀ ਵੀ ਇਸ ਜੇਲ੍ਹ ਵਿੱਚ ਬੰਦ ਨੇ ਅਤੇ ਸਾਲ 2015 ਵਿੱਚ ਇਸੇ ਜੇਲ੍ਹ ਵਿੱਚ 2 ਅਧਿਕਾਰੀਆਂ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਗਿਆ ਸੀ ਅਤੇ ਫਰਵਰੀ ਵਿੱਚ ਵੀ ਇੱਥੇ ਇੱਕ ਕੈਦੀ ਦੀ ਮੌਤ ਹੋ ਗਈ ਸੀ।